ਨਾਰੇਬਾਜ਼ੀ ਕਰ ਰਹੇ ਆ ਤੇ ਜੋ ਪੁਤਲਾ ਫੂਕਣ ਦਾ ਕੰਮ ਕੀਤਾ ਗਿਆ ਕੀ ਕਾਰਨ ਹੈ ਜੀ ਕਾਰਨ ਇਹ ਹੈ ਜੀ ਸਰਕਾਰ ਵੱਲੋਂ ਸਾਡੀਆਂ ਪਹਿਲਾਂ ਮੰਗਾਂ ਜਿਹੜੀਆਂ ਕੁਝ ਮੰਨੀਆਂ ਗਈਆਂ ਸੀ ਤੇ ਕੁਝ ਵਾਅਦੇ ਕੀਤੇ ਗਏ ਸੀ ਤੇ ਉਹ ਕਹਿੰਦੇ ਸੀ ਵੀ ਚੋਣਾਂ ਤੋਂ ਬਾਅਦ ਤੁਰੰਤ ਹੀ ਉਹਨਾਂ ਨੂੰ ਲਾਗੂ ਕੀਤਾ ਜਾਊਗਾ ਪਰੰਤੂ ਚੋਣਾਂ ਵੀ ਟੱਪ ਗਈਆਂ ਤੇ ਨਾ ਤਾਂ ਉਹ ਮੰਗੀਆਂ ਹੋਈਆਂ ਮੰਨਾਂ ਪੂਰੀਆਂ ਕੀਤੀਆਂ ਗਈਆਂ ਤੇ ਨਾ ਜਿਹੜੇ ਵਾਅਦੇ ਕੀਤੇ ਗਏ ਸੀ ਵੀ ਤੁਹਾਨੂੰ ਸੱਦਾਂਗੇ ਤੁਹਾਨੂੰ ਬੁਲਾਵਾਂਗੇ ਕੋਈ ਮੀਟਿੰਗ ਕਰਕੇ ਤੁਹਾਡੇ ਅੱਗੇ ਕਾਰਵਾਈ ਕਰਾਂਗੇ ਪਰੰਤੂ ਸਾਡਾ ਕੋਈ ਸੁਣਵਾਈ ਨਹੀਂ ਹੋਈ ਸਰ ਕਲਮ ਛੋੜ ਹੜਤਾਲ ਕਦੋਂ ਤੋਂ ਸ਼ੁਰੂ ਹੋਈ ਹੈ ਇਹ ਕਲਮ ਛੋੜ ਹੜਤਾਲ ਪਹਿਲਾਂ ਇੱਕ ਦਿਨ ਦਾ ਹੀ ਹੋਈ ਸੀ ਫਿਰ 15 ਤਕਰੀਬਨ 14 ਤੋਂ ਹੀ ਸ਼ੁਰੂ ਹੋਈ ਹੈ ਅਤੇ ਤਿੰਨ ਦੋ ਛੁੱਟੀਆਂ ਹੋਣ ਕਰਕੇ ਇਹ 15, 16, 17, 18 ਅਤੇ ਹੁਣ ਕੰਟੀਨਿਊ ਚੱਲੂਗੀ ਜੋ ਸਾਡਾ ਸੂਬਾ ਬਾਡੀ ਦਾ ਆਦੇਸ਼ ਹੋਊਗਾ ਉਹਦੇ ਮੁਤਾਬਕ ਹੀ ਚੱਲੂਗੀ ਤੁਹਾਡੀਆਂ ਕੀ ਮੰਗਾਂ ਹਨ ਜੀ ਮੰਗਾਂ ਇੱਕ ਤਾਂ ਜਿਹੜੇ ਜ਼ਿਲ੍ਹੇ ਨਵੇਂ ਬਣੇ ਹੈ ਉੱਥੇ ਪੋਸਟਾਂ ਘੱਟ ਹੈ ਜੀ ਉਹ ਪੋਸਟਾਂ ਪੂਰੀਆਂ ਭਰੀਆਂ ਜਾਣ ਇੱਕ ਜਿਹੜੇ ਸਾਡੇ ਕੋਈ ਸਕੇਲ ਸੁਪਰਡੈਂਟ 1 ਗ੍ਰੇਡ ਅਤੇ 2 ਦੇ ਹੈਗੇ ਆ ਉੱਥੇ ਪੋਸਟਾਂ ਬਹੁਤ ਖਤਮ ਹੋਈਆਂ ਹੋਈਆਂ ਘੱਟ ਹੈ ਉਹ ਪੋਸਟਾਂ ਭਰਨ ਵਾਸਤੇ ਅਤੇ DA ਦੇ ਮੇਨ ਸਾਡੀ ਜਿਹੜੀ ਸਮੁੱਚੀ ਸਾਂਝੀ ਮੰਗ ਹੈ ਉਹ DA ਦੇ ਬਕਾਏ ਦੀ ਮੰਗ ਹੈ ਅਤੇ ਪੇ ਕਮਿਸ਼ਨ ਦੀ ਰਿਪੋਰਟ ਦੀ ਇੱਕ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀਆਂ ਜੀ ਮੰਗਾਂ ਤਾਂ ਸਾਡੀਆਂ ਬਹੁਤ ਹੈਗੀਆਂ ਜਿਹੜੀਆਂ ਉਹਦੇ 'ਚੋਂ ਮੇਨ ਮੰਗ ਹੈ ਜਿਹੜੀ ਹੈਗੀ ਹੈ ਜਿਹੜੀ ਕਿ ਸਾਰੇ ਕਲੈਰੀਕਲ ਸਟਾਫ ਵਾਲਿਆਂ 'ਤੇ ਲਾਗੂ ਹੁੰਦੀ ਆ ਉਹਦੇ ਮੇਨ ਮੰਗ ਸਾਰੀ DA ਦੀ ਬਕਾਏ ਕਿਸ਼ਤਾਂ ਉਹ ਇੱਕ ਅੱਧੀ DA ਨਹੀਂ ਹੈਗੀ ਤਕਰੀਬਨ 3-4 ਜਿਹੜੀਆਂ ਕਿਸ਼ਤਾਂ ਬਣਦੀਆਂ ਹੈਗੀਆਂ ਉਹਦੇ ਜਿਹੜੀਆਂ ਸਾਡੇ ਸਾਡਾ ਹੱਕ ਬਣਦਾ ਮੇਨ ਮੰਗ ਤਾਂ ਸਾਡੀ DA ਦੀ ਹੈਗੀ ਹੈ ਜੀ ਬਾਕੀ ਸਾਡੇ ਸਟਾਫ ਦੇ ਜਿਹੜੀ ਬਹੁਤ ਕਮੀ ਹੈਗੀ ਸਟਾਫ ਪੂਰਾ ਕੀਤਾ ਜਾਵੇ ਉਸ ਤੋਂ ਇਲਾਵਾ ਸਾਡੇ ਜਿਹੜੇ ਪ੍ਰਮੋਸ਼ਨ ਦੇ ਕੇਸ ਆ ਜਿਵੇਂ ਸਾਡਾ ਨੈਬ ਤਹਿਸੀਲਦਾਰ ਦਾ ਜਿਹੜਾ ਦਰਜਾ 3 ਤੋਂ ਨੈਬ ਤਹਿਸੀਲਦਾਰ ਦਾ ਕੋਟਾ ਹੈ ਉਹ ਬਹੁਤ ਥੋੜ੍ਹਾ ਹੈ ਜਿਹੜੀ ਕਿ ਪਰਸੈਂਟ ਹੈ ਜਿਹੜੀ 3 ਬਣਦੀ ਆ 3 ਬਹੁਤ ਘੱਟ ਹੈਗੀ ਸਾਡੀ ਮੰਗ ਹੈ ਵੀ ਘੱਟੋ ਘੱਟ 25% ਕੀਤੀ ਜਾਵੇ ਕਦੋਂ ਤੱਕ ਚੱਲਣ ਦੀ ਸੰਭਾਵਨਾ ਤੁਹਾਡੀ ਇਹ ਜੀ ਇਹ ਬਾਕੀ ਡਿਪੈਂਡ ਤਾਂ ਸੂਬਾ ਪੱਧਰੀ ਜਿਹੜੀ ਕਮੇਟੀ ਉਹ ਫੈਸਲਾ ਦੇਊਗੀ ਪਰ ਇਹ ਅਣਮਿੱਥੇ ਸਮੇਂ ਲਈ ਹੈਗੀ ਜਿੰਨਾ ਤੱਕ ਸਰਕਾਰ ਕੋਈ ਹੰਗਾਰਾ ਨਹੀਂ ਭਰਦੀ ਉਹਨਾਂ ਤੱਕ ਇਹ ਜਿਹੜੀ ਹੜਤਾਲ ਹੈ ਕੰਟੀਨਿਊ ਚੱਲੂਗੀ ਥੈਂਕ ਯੂ